ਉਤਰਾਖੰਡ ਵਿਕੇ ਹਿਮਾਲੀਆ ਦੀਆਂ ਪਹਾੜੀਆਂ ਚ ਸਥਿਤ ਗੁਰਦੁਆਰਾ ਸ੍ਰੀ ਹਿਮਕੁੰਡ ਸੇਬ ਦੇ ਕਿਵਾੜ ਪਲਕੇ ਵੀ ਮੈਨੂੰ ਖੁੱਲਣਗੇ ਇਸ ਲਈ ਅਜਮੂਲੀ ਜ਼ਿਲ੍ਹੇ ਦੇ ਗੁਰਦੁਆਰਾ ਗੋਬਿੰਦਗੜ ਤੋਂ ਪੈਦਲ ਯਾਤਰਾ ਆਰੰਭ ਹੋਵੇਗੀ ਯਾਤਰਾ ਦੀ ਆਰੰਭਤਾ ਤੋਂ ਪਹਿਲਾਂ ਗੁਰਦੁਆਰਾ ਸੇਵ ਵਿਖੇ ਚੱਲ ਰਿਹਾ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਤੇ ਗੁਰਬਾਣੀ ਕੀਰਤਨ ਹੋਵੇਗਾ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੋਬਿੰਦਗੜ ਤੋਂ ਰਵਾਨਾ ਹੋਣ ਵਾਲਾ ਇਹ ਪਹਿਲਾ ਜੱਥਾ ਰਾਤ ਵੇਲੇ ਗੋਬਿੰਦ ਤਾਮ ਵਿਖੇ ਵਿਸ਼ਰਾਮ ਕਰੇਗਾ ਅਤੇ ਪਲਕੇ ਸਵੇਰੇ 4 ਵਜੇ ਯਾਤਰਾ ਦੇ ਆਖਰੀ ਪੜਾਅ ਸ੍ਰੀ ਹ ਇਸ ਮੌਕੇ శ్రీ ਹਿਮਕੁੰਡ ਸਹਿਬ ਮੈਨੇਜਮੈਂਟ ٹرسٹ ਵੱਲੋਂ ਸੰਗਤ ਲਈ ਰਿਹائش ਲੰਗਰ ਅਤੇ ਹੋਰ ਜ਼ਰੂਰੀ ਪ੍ਰਬੰਧ ਕੀਤੇ ਗਏ ਇਸ ਦੇ ਨਾਲ ਹੀ ਸਥਾਨਕ ਪ੍ਰਸ਼ਾਸਨ ਵੱਲੋਂ ਵੀ ਯਾਤਰਾ ਸਬੰਧੀ ٹرسٹ ਦੇ ਅਹੁਦੇਦਾਰਾਂ ਨਾਲ ਪ੍ਰਬੰਧਾਂ ਨੂੰ ਲੈ ਕੇ ਬੈਠਕ ਕੀਤੀ ਗਈ